ਸਾਤ ਸੰਗਤ ਅੱਜ ਆਪਾਂ ਇਹ ਜਿਹੜੀਆਂ ਬੇਨਤੀਆਂ ਸਮਝਣੀਆਂ ਨੇ ਸੋ ਪਿਆਰਿਓ ਰਖੜੀਆਂ ਦੇ ਬਾਬਤ ਹੁਣ ਕੁਝ ਲੋਕ ਰਖੜੀਆਂ ਨੂੰ ਲੈ ਕੇ ਵਹਿਮ ਭਰਮ ਪਖੰਡ ਜੇ ਸ਼ਬਦ ਵਰਤ ਲੀਏ ਤਾਂ ਸ਼ਾਇਦ ਕੋਈ ਅਤਕਥਨੀ ਨਹੀਂ ਹੈ ਉਹ ਕਰਨ ਦੇ ਵਿੱਚ ਲੱਗੇ ਹੋਏ ਨੇ ਸਿੱਖ ਵੀ ਅੱਜ ਰਖੜੀ ਮਨਾ ਰਹੇ ਨੇ ਇਸ ਵਿਸ਼ੇ ਤੇ ਕੁਝ ਬੇਨਤੀਆਂ ਬੰ ਜ਼ਰੂਰ ਸਾਂਝੀਆਂ ਕਰਾਂਗੇ ਸਾਡਾ ਇਤਿਹਾਸ ਕੀ ਹੈ ਸ਼ਾਇਦ ਅਸੀਂ ਭੁੱਲ ਬੈਠੇ ਹਾਂ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੋਂ ਪੁੱਛੀਏ ਕੀ ਕਰਨਾ ਚਾਹੀਦਾ ਹੈ ਰਖੜੀ ਮਨਾਉਣੀ ਚਾਹੀਦੀ ਹੈ ਸਿੱਖਾਂ ਨੂੰ ਕਿ ਨਹੀਂ ਮਨਾਉਣੀ ਚਾਹੀਦੀ ਇਸ ਚੀਜ਼ ਦਾ ਜਵਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇਣਗੇ ਸਾਧ ਸੰਗਤ ਸਤਿਗੁਰੂ ਨੇ ਆਪ ਦੇਣਾ ਹੈ ਪਿਆਰਿਓ ਅਸੀਂ ਅੱਜ ਰਖੜੀ ਮਨਾ ਰਹੇ ਹਾਂ ਦੇਖੋ ਬਹੁਤ ਭੈਣਾ ਦੂਰੋਂ ਦੂਰੋਂ ਚੱਲ ਕੇ ਆਪਣੇ ਭਰਾਵਾਂ ਦੇ ਰਖੜੀ ਬੰਨਣ ਦੇ ਲਈ ਅੱਜ ਆ ਰਹੀਆਂ ਨੇ ਚਲੋ ਜਿਸ ਤਰ੍ਹਾਂ ਆਪਾਂ ਵੇਖੀਏ ਵੀ ਬਹੁਤ ਚਲੋ ਹੁੰਦਾ ਹੀ ਐ ਚਾ ਆ ਰਹੀਆਂ ਨੇ ਪਹਿਣਾ ਭਰਾਵਾਂ ਦੇ ਰਖੜੀ ਬੰਨ ਕੇ ਮੁੜ ਜਾਣਗੀਆਂ 사ਤ ਸੰਗਤ ਇੱਕ ਗੱਲ ਯਾਦ ਰੱਖਿਓ ਕਿ ਭੈਣਾਂ ਤੇ ਰਖੜੀ ਬੰਨ ਕੇ ਮੁੜ ਜਾਣਗੀਆਂ ਅਸੀਂ ਭੈਣਾਂ ਨੂੰ ਸ਼ਗਨ ਦੇ ਦਵਾਂਗੇ ਬਹਾਨੇ ਨਾਲ ਮਿਲ ਲੈਣਗੀਆਂ ਉਂਤੇ ਘਰਾਂ ਚੋ ਕਬੀਲਦਾਰੀਆਂ ਚੋਂ ਨਿਕਲ ਆ ਨਹੀਂ ਜਾਂਦਾ ਬਹਾਨੇ ਨਾਲ ਆ ਜਾਂਦੀ ਆ ਨੇ ਪਰ ਇਹ ਗੱਲ ਯਾਦ ਰੱਖਿਓ ਸਾਥ ਸੰਗਤ ਭੈਣਾ ਰਖੜੀ ਲੈ ਕੇ ਆ ਰੀਆਂ ਨੇ ਰਖੜੀ ਬਣਵਾ ਲਾਂਗੇ ਉਸ ਤੋਂ ਬਾਅਦ ਫੇਰ ਅਸੀਂ ਆਪੋ ਆਪਣੇ ਘਰਾਂ ਚ ਵਿਜੀ ਹੋ ਜਾਾਂਗੇ ਤੇ ਇਹ ਗੱਲ ਯਾਦ ਰੱਖਿਓ ਅਸਲ ਪਿਆਰ ਧਾਗੇ ਦਾ ਨਹੀਂ ਅਸਲ ਪਿਆਰ ਦਿਲਾਂ ਦਾ ਹੋਣਾ ਚਾਹੀਦਾ ਜਿਹਦੀ ਜ਼ਰੂਰਤ ਹੈ ਅਸਲੀ ਪਿਆਰ ਦਿਲਾਂ ਦਾ ਹੋਣਾ ਚਾਹੀਦਾ ਹੈ ਅਸਲੀ ਪਿਆਰ ਦਿਲਾਂ ਚ ਹੋਣਾ ਚਾਹੀਦਾ ਹੈ ਅਸਲੀ ਪਿਆਰ ਦਿਲਾਂ ਚ ਜੇ ਹੋਏਗਾ ਤਾਂ ਗੱਲ ਬਣਨੀ ਹੈ ਫੇਰ ਗੱਲ ਬਣਨੀ ਹੈ ਜਦੋਂ ਅਸਲੀ ਪਿਆਰ ਦਿਲਾਂ ਚ ਹੋਏਗਾ ਜਦੋਂ ਅਸਲੀ ਪਿਆਰ ਦਿਲਾਂ ਚ ਹੋਏਗਾ ਸਾਥ ਸੰਗਤ ਫੇਰ ਗੱਲ ਬਣਨੀ ਹੈ ਆ ਧਾਗਿਆਂ ਨਾਲ ਅਸੀਂ ਪਿਆਰ ਵੰਡ ਕੇ ਧਾਗਿਆਂ ਦੇ ਉੱਤੇ ਪਿਆਰ ਨਿਸ਼ਾਵਰ ਕਰਕੇ ਵੇਖਾਂਗੇ ਤੇ ਫੇਰ ਸ਼ਾਇਦ ਨਹੀਂ ਕੁਝ ਹੋਣਾ ਸਾਡਾ ਪਿਆਰ ਹੋਵੇ ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਤੇ ਭੈਣ ਨਾਨਕੀ ਦਾ ਸੀ ਦੋਨੇ ਭੈਣ ਭਰਾ ਇੱਕ ਦੂਜੇ ਦਾ ਅਥਾਂ ਪਿਆਰ ਕਰਦੇ ਨੇ ਇੰਨੀ ਸ਼ਰਧਾ ਮਨ ਦੇ ਵਿੱਚ ਭਾਵਨਾ ਹੈ ਤੇ ਮੈਂ ਕਹਿੰਦਾ ਜੇ ਅੱਜ ਉਹੋ ਜੀ ਭਾਵਨਾ ਨੂੰ ਵੇਖਣਾ ਹੋਵੇ ਉਹੋ ਜਿਹਾ ਪਿਆਰ ਲੱਭਣਾ ਹੋਵੇ 1% ਹੀ ਮਿਲਣਾ ਹੈ 99% ਤੇ ਅੱਜ ਰਖੜੀ ਬੰਨਣ ਤੱਕ ਸੀਮਤ ਨੇ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਭੈਣ ਨਾਨਕੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਰਖੜੀ ਬੰਨਦੀ ਹੋਈ ਦਿਖਾਈ ਦੇ ਰਹੀ ਹੈ ਜਦ ਕਿ ਉਸ ਤਸਵੀਰ ਦਾ ਕੋਈ ਸੱਚ ਨਹੀਂ ਹੈ ਉਹ ਤਸਵੀਰ ਇੱਕ ਚਿੱਤਰ ਕਲਪਨਾ ਹੈ ਉਹ ਸੋਚੀ ਸਮਝੀ ਹੋਈ ਸਾਜ਼ਿਸ਼ ਹੈ ਕਿ ਸਿੱਖਾਂ ਨੂੰ ਰਖੜੀ ਮਨਾਉਣੀ ਚਾਹੀਦੀ ਹੈ ਸਿੱਖਾਂ ਨੂੰ ਵੀ ਰਖੜੀ ਮਨਾਉਣ ਦਾ ਦੇਖੋ ਜੀ ਹੱਕ ਹੈ ਜੀ ਸਿੱਖ ਵੀ ਐਦਾਂ ਨੇ ਜੀ ਸਿੱਖ ਜਿਹੜੇ ਨੇ ਉਹ ਵੱਖਰੇ ਨਹੀਂ ਨੇ ਇਹ ਏਜੰਸੀਆਂ ਦੀ ਬਹੁਤ ਵੱਡੀ ਚਾਲ ਹੈ ਜਦ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਖੜੀ ਬਣਵਾਈ ਹੀ ਨਹੀਂ ਇਸ ਗੱਲ ਨੂੰ ਬਿਲਕੁਲ ਇਤਿਹਾਸ ਵੀ ਗਵਾਈ ਭਰਦਾ ਹੈ ਯਾਦ ਰੱਖੋ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਨੇ ਤੇ ਉਹ ਰਖੜੀ ਕਿਵੇਂ ਬਣਵਾ ਸਕਦੇ ਨੇ ਉਹਨਾਂ ਨੇ ਪੂਰੀ ਸਮਝਦਾਰੀ ਤੋਂ ਕੰਮ ਲਿਆ ਤੇ ਕੀ ਉਹ ਰਖੜੀ 'ਚ ਵਿਸ਼ਵਾਸ ਰੱਖਣਗੇ ਆਪਣੀ ਭੈਣ ਨੂੰ ਕਹਿਣਗੇ ਨਹੀਂ ਪਹਿਨੇ ਜਦੋਂ ਮੈਂ ਜਨੇਊ ਨਹੀਂ ਪਹਿਨੇ ਆ ਹੁਣ ਰਖੜੀ ਕਿਵੇਂ ਬਣਵਾ ਲਵਾਂ ਪਿਆਰ ਤੇ ਉੰਝੀ ਬਧੇਰਾ ਆਪਾਂ ਵੇਖਦੇ ਆਂ ਵੀ ਸਭ ਤੋਂ ਪਹਿਲਾਂ ਦੌਲਤਾਂ ਦਾਈ ਉਸ ਤੋਂ ਬਾਅਦ ਭੈਣ ਨਾਨਕੀ ਨੇ ਪਹਿਚਾਣਿਆ ਸੀ ਕਿ ਗੁਰੂ ਨਾਨਕ ਇਹ ਮੇਰਾ ਭਰਾ ਕੋਈ ਆਮ ਵਿਅਕਤੀ ਨਹੀਂ ਹੈ ਕੀ ਉਹ ਅਜਿਹੀ ਦੁਨਿਆਵੀ ਚੀਜ਼ ਦੇ ਵਿੱਚ ਯਕੀਨ ਕਰਨਗੇ ਤੁਸੀਂ ਖੁਦ ਦੱਸੋ ਜੀ ਚਲੋ ਇਹ ਤਾਂ ਇੱਕ ਸੀ ਇਤਿਹਾਸ ਦਾ ਪੱਖ ਤੇ ਹੁਣ ਕੁਝ ਲੋਕਾਂ ਨੇ ਨਵਾਂ ਹੀ ਟ੍ਰੈਂਡ ਸ਼ੁਰੂ ਕਰ ਲਿਆ ਕਹਿੰਦੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਦੇ ਉਹਨਾਂ ਦੀ ਭੈਣ ਰਖੜੀ ਬਣ ਕੇ ਆਈ ਹੈ ਹਾਲਾਂਕਿ ਉਹਨਾਂ ਦੀ ਭੈਣ ਡਿਬਰੂਗੜ੍ਹ ਜੇਲ੍ਹ ਨਹੀਂ ਗਈ ਰਖੜੀ ਲੈ ਕੇ ਕੋਈ ਰਖੜੀ ਨਹੀਂ ਬਣ ਕੇ ਆਈ ਇਹ ਸੋਚੀ ਸਮਝੀ ਹੋਈ ਸਾਜ਼ਿਸ਼ ਐ ਇਹ ਸੋਚੀ ਸਮਝੀ ਹੋਈ ਚਾਲ ਐ ਪਿਆਰਿਓ ਇਹ ਸਿੱਖਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਸਿੱਖਾਂ ਨੂੰ ਸਭ ਤੋਂ ਵੱਡੀ ਜਿਹੜੀ ਐ ਉਹ ਗੁੰਮਰਾ ਕਰਨ ਕੀਤਾ ਜਾ ਰਿਹਾ ਇਹ ਗੱਲ ਯਾਦ ਰੱਖਿਓ ਭੈਣਾ ਨੂੰ ਜਾਣ ਬੁੱਝ ਕੇ ਦੇਖੋ ਅਮਰਤਪਾਲ ਜਿਹੜੇ ਅਮਰਤਪਾਲ ਨਾਲ ਅੱਜ ਸਿੰਘ ਨੇ ਉਹ ਵੀ ਕਹਿਣ ਵੀ ਰਖੜੀ ਬਣਣੀ ਐ ਤੇ ਸਿੱਖੀ ਦਾ ਵजूद ਹੀ ਕੋਈ ਨਾ ਰਹੇ ਸਿੱਖਾਂ ਦੀ ਆਪਣੀ ਹੋਣ ਦੀ ਕੋਈ ਨਾ ਰਹੇ ਇਹ ਨਿੱਕੀ ਨਿੱਕੀ ਚੀਜ਼ ਛੋਟੇ ਛੋਟੇ ਪੱਧਰ ਤੋਂ ਚੱਲ ਰਹੀ ਹੈ ਇਸ ਗੱਲ ਨੂੰ ਯਾਦ ਰੱਖਿਓ ਸਾਰੇ ਜਾਣੇ ਇਹ ਝੂਠੀਆਂ ਅਫਵਾਹਾਂ ਫਲਾਕੇ ਸਾਡੇ ਵਿੱਚ ਇਹ ਗੱਲ ਪਾਉਣਾ ਚਾਹੁੰਦੇ ਨੇ ਕਿ ਯਾਦ ਰੱਖਿਓ ਸਿੱਖੋ ਤੁਹਾਡਾ ਆਪਣਾ ਕੋਈ ਵजूद ਨਹੀਂ ਹੈ ਤੁਸੀਂ ਸਾਡੇ ਵਰਗੇ ਹੋ ਤੇ ਸਾਡੇ ਹੀ ਤੁਸੀਂ ਇੱਕ ਸੋਧਿਆ ਹੋਇਆ ਰੂਪ ਹੋ ਇਦਾਂ ਕਹਿੰਦੇ ਨੇ ਪਹਿਲਾਂ ਹੀ ਕਹਿੰਦੇ ਨੇ ਜਦੋਂ ਅਸੀਂ ਇਹ ਸਭ ਕੁਝ ਕਰਾਂਗੇ ਤੇ ਇਹਨਾਂ ਨੂੰ ਤੇ ਕਹਿਣਾ ਸਹਨ ਹੋ ਜਾਏਗਾ ਤੁਸੀਂ ਆਪ ਸਮਝਦਾਰੋਂ ਸਾਰੇ ਜਾਣੇ ਕਦੇ ਸੋਚ ਕੇ ਵੇਖੋ ਸਾਧ ਸੰਗਤ ਇਸ ਕਰਕੇ ਥੋੜਾ ਜਿਹਾ ਵਿਚਾਰਿਆ ਕਰੀਏ ਰਖੜੀ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਮੈਂ ਫਿਰ ਬੇਨਤੀ ਕਰਾਂ ਇਸ ਕਰਕੇ ਅੱਜ ਦੇ ਦਿਨ ਨਿਸ਼ਾਨ ਸਹਿਬ ਤੇ ਰਖੜੀਆਂ ਬੰਨਣਾ ਗੁਰੂ ਘਰਾਂ ਦੇ ਵਿੱਚ ਰਖੜੀਆਂ ਲੈ ਕੇ ਜਾਣਾ ਤੇ ਗੋਲਕ ਨੂੰ ਰਖੜੀਆਂ ਬੰਨ ਦੇਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮੰਜੀ ਸਾਹਿਬ ਨੂੰ ਜਾ ਕੇ ਰਖੜੀਆਂ ਬੰਨ ਦੇਣਾ ਸਰੋਵਰ ਦੇ ਵਿੱਚ ਰਖੜੀਆਂ ਸੁੱਟ ਦੇਣਾ ਤੇ ਆਸੇ-ਪਾਸੇ ਗੁਰੂ ਘਰਾਂ ਦੇ ਜੰਗਲਿਆਂ ਨੂੰ ਰਖੜੀਆਂ ਬੰਨ ਦੇਣਾ ਇਹ ਸਾਰਾ ਸਰ ਮਨਮਤ ਹੈ ਪਿਆਰਿਓ ਇਹ ਗੱਲ ਕਦਾ ਚਿਤ ਵੀ ਨਹੀਂ ਹੋਣੀ ਚਾਹੀਦੀ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕੀਤਾ ਜਾਵੇ ਸ਼ਰਯਾਮ ਗੁਰੇਜ਼ ਕੀਤਾ ਜਾਵੇ ਇਹ ਮਨਮਤ ਹੈ ਜੀ ਇਹ ਗੁਰਮਤ ਨਹੀਂ ਹੈ ਗੁਰੂ ਨਹੀਂ ਕਹਿੰਦਾ ਰਖੜੀਆਂ ਲੈ ਕੇ ਆਓ ਇੱਥੇ ਰਖੜੀਆਂ ਬੰਨੋ ਪਿਆਰਿਓ ਇਹ ਅਸੀਂ ਆਪ ਕਰਦੇ ਪਏ ਆ ਸਾਰਾ ਕੁਝ ਆਪ ਹੀ ਕਰ ਰਹੇ ਆਸੀਂ ਸਾਰਾ ਕੁਝ ਹੈਰਾਨੀ ਦੀ ਗੱਲ ਹੈ ਸਮਝ ਹੀ ਨਹੀਂ ਰਹੇ ਅਸੀਂ ਹੁਣ ਕਈ ਕਹਿੰਦੇ ਸਾਡੀ ਸ਼ਰਧਾ ਬਹੁਤ ਹੈ ਕੱਲੂ ਕਹੋਂਗੇ ਸਾਡੀ ਸ਼ਰਧਾ ਹੈ ਜਿਸ ਦਾ ਗੁਰੂ ਗ੍ਰੰਥ ਸਾਹਿਬ ਤੇ ਰਖੜੀ ਰੱਖਾਂਗੇ ਲੈ ਦੱਸੋ ਜੀ ਕੀ ਕਰਾਂਗੇ ਸਾਧ ਸੰਗਤ ਪਹਿਲਾਂ ਲੋਕਾਂ ਨੇ ਨਕਲੀ ਖਡਾਉਣਿਆਂ ਦੇ ਜਹਾਜ਼ ਚੜਾਉਣੇ ਸ਼ੁਰੂ ਕਰਤੇ ਤੇ ਹੁਣ ਆਹ ਕੰਮ ਸ਼ੁਰੂ ਹੋ ਗਿਆ ਯਾਦ ਰੱਖਿਓ ਕਿਤੇ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਵੀ ਰਖੜੀ ਬੰਨਣ ਦਾ ਟ੍ਰੈਂਡ ਨਾ ਚੱਲ ਪਿਆ ਇਸ ਗੱਲੋਂ ਡਰ ਲੱਗਦਾ ਜੀ ਪਿਆਰਿਓ ਸਮਝੋ ਸਤਿਗੁਰੂ ਨੇ ਤੇ ਇਹ ਕਿਹਾ ਹੈ ਪਾਤਸ਼ਾਹ ਕਹਿੰਦੇ ਨੇ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੇ ਪਿਆਰਿਓ ਅਸੀਂ ਕੀ ਕਰਦੇ ਜਾ ਰਹੇ ਹਾਂ ਕਦੇ ਸੋਚ ਕੇ ਵੇਖੋ ਖਾਂ ਅਸੀਂ ਕੀ ਕਰ ਰਹੇ ਹਾਂ ਸਾਦ ਸੰਗਤ ਧਾਗੇ ਬਣ ਕੇ ਅਸੀਂ ਪਿਆਰ ਜਿਤਾ ਰਹੇ ਹਾਂ ਬੜੀ ਹੈਰਾਨੀ ਦੀ ਗੱਲ ਹੈ ਧਾਗੇ ਬਨ ਕੇ ਇੱਕ ਦੂਜੇ ਨੂੰ ਪਿਆਰ ਲੁਟਾ ਰਹੇ ਆ ਬੜੀ ਹੈਰਾਨੀ ਦੀ ਗੱਲ ਹੈ ਅਸੀਂ ਇੱਕ ਦੂਜੇ ਨੂੰ ਕਹਨੇ ਆ ਵੀ ਅਸੀਂ ਪਿਆਰ ਕਰਦੇ ਆ ਜਿਵੇਂ ਅਸੀਂ ਭੈਣ ਭਰਾ ਜੀ ਅਸੀਂ ਆਹ ਸਭ ਕੁਝ ਇਹ ਰਖੜੀਆਂ ਹੁਣ ਕਈ ਭੈਣਾਂ ਕਹਿੰਦੇ ਸਾਡੇ ਭਰਾ ਨਹੀਂ ਜੇ ਅਸੀਂ ਕੀ ਕਰੀਏ ਜੇ ਭਰਾ ਨਹੀਂ ਹੈ ਤੇ ਉਹ ਭੈਣਾਂ ਕੀ ਕਰਦੀਆਂ ਨੇ ਗੁਰੂ ਘਰ ਰਖੜੀ ਲੈ ਆਉਂਦੀਆਂ ਨੇ ਮੈਂ ਕਹਿੰਨਾ ਜੇ ਭਰਾ ਨਹੀਂ ਹੈ ਤੇ ਪਾਠ ਕਰਕੇ ਅਰਦਾਸ ਕਰਕੇ ਗੁਰੂ ਤੋਂ ਮੰਗੋ ਜੇ ਤੁਹਾਡਾ ਕੋਈ ਆਪਣਾ ਭਰਾ ਨਹੀਂ ਹੈ ਤੇ ਸਤਿਗੁਰੂ ਆਪਣੇ ਆਪ ਕਿਸੇ ਨੂੰ ਭੇਜਣਗੇ ਵੀ ਹਾਂ ਜਾ ਭੈਣ ਬੈਠੀ ਐ ਤਾਂ ਉਸ ਤੋਂ ਰਖੜੀ ਬਨਵਾਉਣੀ ਐ ਜੇ ਭੈਣ ਨੂੰ ਚਾਹੀਦਾ ਰਖੜੀ ਦੀ ਵਜ੍ਹਾ ਰਖੜੀ ਦੀ ਵਜਾਇ ਆਪਣੇ ਭਰਾ ਨੂੰ ਪੱਗ ਦੇਵੇ ਤੇ ਕੜਾ ਦੇਵੇ ਤੇ ਸਾਦ ਸੰਗਤ ਰਖੜੀ ਦੀ ਰੀਤ ਬਦਲੀਏ ਧਾਗੇ ਨਾਲ ਕੁਝ ਨਹੀਂ ਹੋਣਾ ਕੜੇ ਨਾਲ ਤੇ ਦਸਤਾਰ ਨਾਲ ਤੇ ਬਹੁਤ ਕੁਝ ਬਣ ਜਾਣਾ ਇਹ ਗੱਲ ਯਾਦ ਰੱਖਿਓ ਆਪਣੇ ਭਰਾ ਤੋਂ ਭੈਣ ਪ੍ਰਣ ਪ੍ਰਣ ਲਵੇ ਕਿ ਨਸ਼ਾ ਨਹੀਂ ਕਰੇਗਾ ਯਾਦ ਰੱਖੀਂ ਤੋ ਕਦੇ ਮਾਂ ਬਾਪ ਨੂੰ ਆਪਣੇ ਦਰ ਚੋਂ ਨਹੀਂ ਧੱਕੇਗਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ 2 ਮਿੰਟ ਦਾ ਅਸੀਂ ਰਖੜੀ ਦਾ ਬਿਹਾਰ ਕਰਕੇ ਕੀ ਸਾਬਤ ਕਰ ਲਵਾਂਗੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਵੱਲ ਧਿਆਨ ਦਿਈਏ ਝੂਠੀਆਂ ਅਫਵਾਹਾਂ ਤੋਂ ਬਚੀਏ ਜਿਹੜੀ ਮੇਨ ਗੱਲ ਆ ਸਾਧ ਸੰਗਤ ਕੁਝ ਸੋਚੀਏ ਵਿਚਾਰੀਏ ਇਸ ਵਿਸ਼ੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ